लो जी अंकल जी हो रहे इतने प्रोडक्ट लैके आए गए घोड़ियाँ वाले मंडी के उत्ते बल्ला पिंड अमृतसर के मंडी लगी हुई है बहुत तकड़ी मंडी है। सत श्रीकाल जी। सत श्रीकाल जी अंकल जी स्वागत है जी अपने यूट्यूब चैनल से। तुहाडा भी बहुत बहुत स्वागत करते हैं असीं प्राइम एग्रोवेट एनिमल हेल्थ और न्यूट्रिशन के वालों जी। असीं लुधियाने तो आए हैं जी। असीं पहली बार इस बल्ला अमृतसर मंडी के शिरकत कर लगे हैं जी। सानू बहुत अच्छा। अपना शुभ नाम की है जी? मेरा नाम गुरचरण सिंह। गुरचरण सिंह ठीक। गुरचरण सिंह जसल मेरा नाम है जी। और साड़ी कंपनी का नाम है तुसी देख पा रहे हो प्राइम एग्रोवेट एनिमल हेल्थ एंड न्यूट्रिशन है। ठीक है जी। और जो साड़े कोल प्रोडक्ट्स हैगे ने वो तुसी देख ही रहे हो जी। जिहदे विच लैमिक्स एक साडा बहुत इंपोर्टेंट और एक फेमस प्रोडक्ट हैगा आ जी। क्योंकि तुहानू पता हैगा कि घोड़ियां दे विच जी एक लैमिनाइटिस जिहड़ी एक प्रॉब्लम है बहुत ही ज़्यादा और कॉमन प्रॉब्लम हैगी आ बहुत खतरनाक बीमारी है जिहदे करके घोड़ा खराब भी हो जाता है उसदियां लत्तां खराब हो जांदियां जी सुंभ खराब हो जांदे ने तो उहदे विच सारियां तों बेस्ट ट्रीटमेंट जिहड़ा हैगा लैमिनाइटिस वास्ते लैमिक्स हैगा जी। ब्रांड नेम हैगा लैमिक्स। ਇਹਦੇ ਵਿੱਚ ਇੱਕ ਛੋਟਾ ਜਿਹਾ ਚਮਚਾ ਹੈਗਾ 10 ਗ੍ਰਾਮ ਦਾ ਇੱਕ ਚਮਚਾ ਹੈਗਾ ਸ਼ਾਮ ਵਿੱਚ ਇੱਕ ਚਮਚਾ ਤੁਸੀਂ ਪਾਉਂਗੇ ਤਾਂ ਇਹਦੇ ਨਾਲ ਜਿਹੜੇ ਘੋੜਿਆਂ ਨੂੰ ਲੈਮਨਾਈਟਿਸ ਹੋ ਰੱਖੀ ਹੈ ਠੀਕ ਹੈ ਜੀ ਉਹਨਾਂ ਦਾ ਵੀ ਟ੍ਰੀਟਮੈਂਟ ਹੋਏਗਾ ਪਲੱਸ ਜੋ ਅਗਰ ਸਪੋਜ਼ ਜੇ ਤੁਸੀਂ ਮੰਨ ਲਓ ਇਹਨੂੰ ਰੂਟੀਨ 'ਚ ਵੈਸੇ ਵੀ ਪਾਉਂਦੇ ਹੋ ਜੀ ਤਾਂ ਇਹਦੀ ਸੁੰਬਾਂ ਦੀ ਗਰੋਥ ਬਹੁਤ ਅੱਛੀ ਆਉਂਦੀ ਹੈ ਸੁੰਬਾਂ ਦੀ ਚਮਕ ਬਹੁਤ ਅੱਛੀ ਆਉਂਦੀ ਹੈਗੀ ਹੈ ਔਰ ਜਿਹੜੇ ਜਾਨਵਰਾਂ ਦੇ ਸੁੰਬ ਨਵੇਂ ਨਹੀਂ ਆਉਂਦੇ ਪਏ ਹੈਗੇ ਜੀ ਉੱਥੇ ਨਵੇਂ ਸੁੰਬ ਦੀ ਗਰੋਥ ਦੇ ਵਿੱਚ ਵੀ ਬਹੁਤ ਜ਼ਿਆਦਾ ਰਿਜ਼ਲਟ ਇਹ ਪ੍ਰੋਡਕਟ ਉੱਥੇ ਕੰਮ ਕਰਦਾ ਜੀ ਜਿੱਥੇ ਆਪਾਂ ਜਿੱਥੇ ਪੈਰ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜਾਨਵਰ ਪੈਰਾਂ ਨਾਲ ਰਿਲੇਟਡ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਜੀ ਉਹ ਸਾਰਿਆਂ ਦੇ ਵਿੱਚ ਬਹੁਤ ਅੱਛਾ ਇਫੈਕਟ ਰਿਜ਼ਲਟ ਦਿੰਦਾ ਹੈਗਾ ਜੀ ਇੱਕ ਨਵਾਂ ਪ੍ਰੋਡਕਟ ਇਹਦੇ ਨਾਲ ਸਾਡਾ ਹੋਰ ਆਇਆ ਹੈਗਾ ਜਿਹਦਾ ਨਾਮ ਹੈਗਾ ਜੀ ਟੈਨੋਗਾਰਡ ਜੀ ਘੋੜਿਆਂ ਦੇ ਵਿੱਚ ਪੋਟਾਂ ਦੇ ਸੁੱਜਣ ਦੀ ਬਹੁਤ ਜ਼ਿਆਦਾ ਸਮੱਸਿਆ ਆਈ ਹੈਗੀ ਆ ਅਸੀਂ ਹਰ ਜਗ੍ਹਾ ਸਟੱਡ ਫਾਰਮ ਦੇ ਵਿੱਚ ਵਿਜ਼ਿਟ ਕਰਦੇ ਹਾਂ ਜੀ ਸਾਨੂੰ ਘੋੜਿਆਂ ਵਾਲੇ ਸਟੱਡ ਫਾਰਮਸ ਇਹ ਬਹੁਤ ਬੋਲਦੇ ਹੈਗੇ ਨੇ ਕਿ ਸਾਡੇ ਲੈਮਨਾਈਟਿਸ ਦੇ ਨਾਲ ਨਾਲ ਜੋ ਹੈਗਾ ਆ ਪੋਟਾਂ ਦੀ ਸੋਜ ਬਹੁਤ ਜ਼ਿਆਦਾ ਆਉਂਦੀ ਹੈ ਜੀ ਅਤੇ ਪੋਟਾਂ ਦੀ ਸੋਜ ਵਾਸਤੇ ਫਿਲਹਾਲ ਕੋਈ ਇਹਨਾਂ ਦਾ ਕੋਈ ਸਟਰੋਂਗ ਹਾਲੇ ਤੱਕ ਟ੍ਰੀਟਮੈਂਟ ਅਵੇਲੇਬਲ ਨਹੀਂ ਹੈਗਾ ਜੀ ਔਰ ਜੇ ਅਗਰ ਕੋਈ ਜ਼ਿਆਦਾ ਉਹਨਾਂ ਦੀ ਪੋਟਾਂ ਖਰਾਬ ਹੋ ਜਾਣ ਤਾਂ ਉਹਦਾ ਇੱਕੋ ਟ੍ਰੀਟਮੈਂਟ ਹੁੰਦਾ ਉਹ ਸਰਜਰੀ ਜੀ ਠੀਕ ਹੈ ਜੀ ਸਰਜਰੀ ਕਰਾਉਣੀ ਪੈਂਦੀ ਜੀ ਪਰ ਜੇ ਇਹਦੀ ਸੋਜ ਦੀ ਸ਼ੁਰੂਆਤ ਦੇ ਵਿੱਚ ਹੀ ਇਹ ਜੋ ਹੈ ਟੈਨੋਗਾਰਡ ਨੂੰ ਦਿੱਤਾ ਜਾਵੇ ਜੀ ਤਾਂ ਇਹ ਜਿਹੜੀ ਸੋਜ ਹੈਗੀ ਉਹ ਕਾਫੀ ਹੱਦ ਤੱਕ ਘੱਟ ਜਾਂਦੀ ਹੈ ਔਰ ਅਗਰ ਜੇ ਸਰਜਰੀ ਕਰਾਉਣ ਦੀ ਲੋੜ ਪੈਂਦੀ ਹੈ ਆਫਟਰ ਸਰਜਰੀ ਸਰਜਰੀ ਕਰਨ ਤੋਂ ਬਾਅਦ ਅਗਰ ਇਸ ਪ੍ਰੋਡਕਟ ਨੂੰ ਵੀ ਦਿੱਤਾ ਜਾਏ ਤਾਂ ਇਹਦੀ ਪੋਸਟ ਸਰਜਰੀ ਰਿਕਵਰੀ ਜਿਹੜੀ ਹੈਗੀ ਆ ਉਹ ਬਹੁਤ ਅੱਛੀ ਹੈ। ਇਹਨੂੰ ਕਿੰਨੀ ਕੀਮਤ ਦਾ ਪੈਂਦਾ ਜੀ? ਇਹ ਜੇ ਇੱਕ ਛੋਟਾ ਤੋਂ ਛੋਟਾ ਘੋੜਾ ਪਾਲ ਕੇ ਇਹਨੂੰ ਖਰੀਦਣਾ ਚਾਹੇ ਤਾਂ ਕਿੰਨੀ ਕੀਮਤ ਆ ਜੀ ਇਹਦੀ? ਕੀਮਤ ਜਿਹੜੀ ਹੈਗੀ ਆ ਇਹਦੀ 2,500 ਰੁਪਏ ਦੀ 1 ਕਿਲੋ ਹੈਗੀ ਆ ਜੀ, ਕਿਉਂਕਿ ਇਹਦੇ ਵਿੱਚ ਜਿਹੜੇ ਇਨਗਰੀਡੀਐਂਟਸ ਹੈਗੇ ਆ ਉਹ ਬਹੁਤ ਕੋਸਟਲੀ ਹੈਗੇ ਜੀ, ਬਹੁਤ ਹੀ ਇਫੈਕਟਿਵ ਹੈਗੇ ਆ। ਇਹਦੇ ਵਿੱਚ ਇੱਕ ਛੋਟਾ ਜਿਹਾ ਚਮਚਾ ਹੈ 20 ਗ੍ਰਾਮ ਦਾ ਚਮਚਾ ਜੀ, 20 ਤੋਂ ਲੈ ਕੇ 25 ਗ੍ਰਾਮ ਇਹਦੀ ਡੇਲੀ ਦੀ ਡੋਜ਼ ਹੈਗੀ ਆ। 1 ਕਿਲੋ ਦਾ ਜਿਹੜਾ ਇਹ ਪ੍ਰੋਡਕਟ ਹੈਗਾ ਕਰੀਬ 40 ਦਿਨ ਚੱਲਦਾ। 40 ਦਿਨ ਜੀ? 40 ਦਿਨ ਚੱਲਦਾ ਠੀਕ ਹੈ ਜੀ। ਜਦੋਂ ਅਸੀਂ ਪੂਰਾ ਕੋਰਸ ਇਹਦਾ ਕਰਵਾ ਦਿੰਦੇ ਹੈਗੇ ਹਾਂ ਅਤੇ ਪੋਟਾਂ ਦੀ ਸੋਜ ਵਾਸਤੇ ਔਰ ਲੈਮਨਾਈਟਿਸ ਦੇ ਵਿੱਚ ਦੋਨੋਂ ਪ੍ਰੋਡਕਟਾਂ ਦੀ ਕਿਸਮ ਦੀ ਜੋੜੀ ਹੈ ਜੀ, ਪੋਟਾਂ ਦੀ ਸੋਜ ਦੇ ਵਿੱਚ ਔਰ ਲੈਮਨਾਈਟਿਸ ਦੇ ਵਿੱਚ ਜੋ ਹੈ ਬਹੁਤ ਜ਼ਿਆਦਾ ਜੀ। ਠੀਕ ਹੈ ਜੀ। ਇਸ ਤੋਂ ਇਲਾਵਾ ਘੋੜਿਆਂ ਦੇ ਵਿੱਚ ਇੱਕ ਹੋਰ ਪ੍ਰੋਡਕਟ ਆਉਂਦੀ ਘੋੜੀਆਂ ਦੇ ਵਿੱਚ ਜੀ, ਕਿ ਜਿਹੜੀ ਘੋੜੀਆਂ ਜਿਹੜੀਆਂ ਉਹਨਾਂ ਦਾ ਅੰਡੇ ਦਾ ਸਾਈਜ਼ ਪੂਰਾ ਪ੍ਰੋਪਰਲੀ ਨਹੀਂ ਬਣਦਾ ਹੈਗਾ ਜੀ, ਹੀਟ ਦੇ ਵਿੱਚ ਘੱਟ ਆਉਂਦੀਆਂ, ਜੇ ਹੀਟ ਦੇ ਵਿੱਚ ਆ ਵੀ ਰਹੀਆਂ ਹੈਗੀਆਂ ਤਾਂ ਉਹ ਠਹਿਰਦੀਆਂ ਨਹੀਂ ਹੈਗੀਆਂ। ਉਹਦੇ ਵਾਸਤੇ ਇੱਕ ਬਹੁਤ ਹੀ ਉਮਦਾ ਪ੍ਰੋਡਕਟ ਹੈਗਾ ਠੀਕ ਹੈ, ਨਾਮ ਹੈਗਾ ਕੌਨਸੀ ਮੇਅਰ ਠੀਕ ਹੈ ਜੀ। ਕੌਨਸੀ ਮੇਅਰ ਹੈਗਾ ਤਾਂ ਇਹ ਮਿਨਰਲ ਸਪਲੀਮੈਂਟ ਹੈ ਜੀ, ਲੇਕਿਨ ਇਹਨੂੰ ਦੇਣ ਦੇ ਨਾਲ ਇਹਦੇ ਰਿਜ਼ਲਟ ਬਹੁਤ ਹੀ ਸ਼ਾਨਦਾਰ ਨਤੀਜੇ ਇਹਦੇ ਸਾਹਮਣੇ ਆਉਂਦੇ ਪਏ ਹੈਗੇ ਆ ਜੀ, ਕਿਉਂਕਿ ਇਹਨੂੰ 1 ਮਹੀਨਾ ਹੋਇਆ ਜੀ ਲਾਂਚ ਹੋਏ ਨੂੰ ਜੀ। ਲਾਂਚ ਦੇ ਟਾਈਮ ਤੋਂ ਬਾਅਦ ਹੀ ਸਾਨੂੰ ਇਹਦਾ ਬਹੁਤ ਅੱਛਾ ਰਿਸਪੌਂਸ ਮਿਲਣਾ ਸ਼ੁਰੂ ਹੋ ਗਿਆ ਹੈਗਾ ਜੀ। ਜਿਹੜੇ ਵੀ ਇਹਨਾਂ ਦੇ ਸਟੱਡ ਫਾਰਮਸ ਨੇ ਇਹਨੂੰ ਯੂਜ਼ ਕੀਤਾ ਉਹਨਾਂ ਨੇ ਦੱਸਿਆ ਸਾਨੂੰ, ਇੱਕ ਤਾਂ ਉਹਨਾਂ ਦੀ ਜਿਹੜੀ ਘੋੜੀ ਕਈਆਂ ਦੀ ਘੋੜੀ ਜਿਹੜਾ ਕੀ ਹੁੰਦੀ ਸੀ ਕਿ ਜਦੋਂ ਘੋੜੇ ਦੇ ਕੋਲ ਲੈ ਕੇ ਜਾਂਦੇ ਸੀਗੇ ਤਾਂ ਉਹ ਹੀਟ ਖਤਮ ਹੋ ਜਾਂਦੀ ਸੀ ਜਾਂ ਹੀਟ ਬਿਲਕੁਲ ਥੋੜ੍ਹੀ ਆਉਂਦੀ ਸੀ ਜੀ, ਅਤੇ ਇਹਨੂੰ ਦੇਣ ਦੇ ਨਾਲ 1 ਮਹੀਨੇ ਦੇ ਅੰਦਰ ਅੰਦਰ ਹੀ ਉਹਨਾਂ ਦਾ ਇਹ ਜਿਹੜਾ ਪ੍ਰੋਬਲਮ ਸੀ ਉਹ ਸੋਲਵ ਹੋ ਗਈ ਜੀ। ਕੌਨਸੀ ਮੇਅਰ ਦੇ ਨਾਲ ਹੀਟ ਬਹੁਤ ਅੱਛੀ ਆਈ ਹੈਗੀ ਆ ਔਰ ਜਾਨਵਰ ਜੋ ਹੈਗਾ ਆ ਉਹਨੂੰ ਕਨਸੀਵ ਵੀ ਬਹੁਤ ਅੱਛਾ ਕੀਤਾ ਹੈਗਾ ਜੀ। ਤਾਂ ਇਹ ਕੌਨਸੀ ਮੇਅਰ ਪ੍ਰੋਡਕਟ ਹੈਗਾ ਸਾਡਾ। ਇਹ ਇਹਦੀ ਕਿੰਨੀ ਕੀਮਤ ਪੈਂਦੀ ਹੈ ਜੀ? ਇਹ 1800 ਰੁਪਏ ਦੀ 2 ਕਿਲੋ ਦੀ ਬਕਟ ਹੈਗੀ ਆ ਜੀ। ਠੀਕ ਹੈ ਜੀ। 2 ਕਿਲੋ ਦੀ ਬਕਟ ਹੈਗੀ ਆ, 900 ਰੁਪਏ ਕਿਲੋ ਪੈ ਗਈ, 900 ਰੁਪਏ ਕਿਲੋ ਪੈ ਗਿਆ। ਠੀਕ ਹੈ ਜੀ। ਇਕਨੋਮਿਕ ਪ੍ਰੋਡਕਟ ਹੈ, ਤੁਸੀਂ ਮੰਨ ਕੇ ਚੱਲੋ ਕਿ ਪ੍ਰੋਡਕਟ ਸਾਰੇ ਜਿੰਨੇ ਵੀ ਹੈ ਸਾਡੇ ਬਹੁਤ ਇਕਨੋਮਿਕਲ ਹੈਗੇ। ਠੀਕ ਹੈ ਜੀ। ਡੋਜ਼ ਥੋੜ੍ਹੀ ਹੈ, ਪਿਓਰ ਸਾਲਟ ਹੈਗੇ ਨੇ। ਠੀਕ ਹੈ ਜੀ। ਇਸ ਕਰਕੇ ਰਿਜ਼ਲਟ ਬਹੁਤ ਅੱਛੇ ਮਿਲਦੇ ਜੀ। ਠੀਕ ਹੈ ਜੀ। ਰੂਟੀਨ 'ਚ ਪਾਉਣ ਵਾਲਾ ਜਿਹੜਾ ਪ੍ਰੋਡਕਟ ਹੈਗਾ ਉਹ ਸਾਡਾ ਹੈਗਾ ਹੈ ਸਟਾਰਮੈਨ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੇ ਜਾਨਵਰਾਂ ਨੂੰ ਬੱਚਿਆਂ ਦੇ ਉਮਰ ਤੋਂ ਹੀ ਆਪਾਂ ਜੋ ਇਹਦੀ ਗਰੋਥ ਚਾਹੁੰਦੇ ਹੈਗੇ ਹਾਂ, ਛੋਟੇ ਬੱਚਿਆਂ ਦੀ ਗਰੋਥ ਚਾਹੁੰਦੇ ਹੈਗੇ ਹਾਂ, ਜਿਨ੍ਹਾਂ ਦੇ ਨਾਲ ਕਿ ਉਹਨਾਂ ਦਾ ਸਰੀਰਕ ਵਿਕਾਸ ਵੀ ਹੋਵੇ, ਫਿਰ ਉਹਨਾਂ ਦੇ ਵਿੱਚ ਕੈਲਸ਼ੀਅਮ ਫਾਸਫੋਰਸ ਦੀ ਕਮੀ ਨਾ ਹੋਵੇ ਜੀ। ਠੀਕ ਹੈ ਜੀ। ਹੱਡੀਆਂ ਮਜ਼ਬੂਤ ਹੋਣ ਉਹਨਾਂ ਦੀਆਂ। ਠੀਕ ਹੈ ਜੀ। ਅਤੇ ਔਰ ਜੇ ਘੋੜਾ ਹੈਗਾ ਜਾਂ ਘੋੜੀ ਹੈਗੀ ਆ ਉਹਨਾਂ ਦੇ ਜਨਨ ਅੰਗ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ ਜੀ।
लोग सारे कहते कि नहीं हाइट वधनी होनी चाहिए है। हाइट के नाल नाल असीं कहने कि जेडे उन्होंने अंदरूनी अंग ने ठीक है जी, जिस तरह जो घोड़ा हैगा आ वछेरा हैगा आ तो उहदे स्पर्म्स की क्वालिटी चंगी होनी चाहिए आ, उहदा स्पर्म काउंट ज़्यादा होना वधिया होना चाहिए हैगा। जे घोड़ी हैगी है वछेरी हैगी आ तो उहदे भी जनन अंग ज़्यादा वधिया होने चाहिए ताकि जो है एक वधिया क्वालिटी का अंडा वो बना सकन, चंगी टाइम सिर हीट में आ सकन तो बच्चा पैदा करने की समर्था रख दी। ये सारा कुछ मद्देनजर रखते हुए स्टारमिन इक्वाइन स्पैशल नाम हैगा स्टारमिन इक्वाइन जिहड़ा कि वछेरे वछेरियां दे विच असीं इहनूं दे सकदे हैगे आ और इहदी जानवरां दी ग्रोथ वास्ते भी दे सकदे आ और रूटीन दे विच इहनूं पाउण वास्ते जिहड़ा हैगा इस तों बैटर कोई प्रोडक्ट नहीं। रूटीन दे विच किन्ना पाउणा चाहीदा जी? इहदे विच हरेक साडे प्रोडक्ट दे विच इक चमचा हैगा नापा 25 ग्राम इहदी डोज़ हैगी आ ठीक है जी, डेली दा 25 ग्राम तुसीं पाई जाओ ठीक है जी। एक होर समस्या मैं तुहानूं मैं ध्यान दिवाउणा चाहुंदा हैगा, बहुत सारे सानूं इह फार्मर आ के शिकायत करदे कि साडे जानवर मिट्टी बहुत खांदे जी, तो तुहानूं इह चीज़ खवाउण तों बाद इह समस्या बिल्कुल नहीं आएगी। जिहड़े जानवर मिट्टी खांदे हैगे ठीक है जी, बार बार मिट्टी नूं मूँह मारदे हैगे आ जां दूसरे जानवर दे वाल खांदे हैगे आ ਉਹ ਇਹ ਸਮੱਸਿਆ ਦਾ ਹੱਲ ਜਿਹੜਾ ਹੈਗਾ ਉਹ ਸਟਾਰਮੈਨ ਇਕੁਆਇਨ ਦੇ ਨਾਲ ਹੋ ਜਾਏਗਾ ਜੀ ਠੀਕ ਹੈ ਜੀ। ਇਹ ਜੋ ਪ੍ਰੋਡਕਟ ਹੈਗੇ ਸਾਡੇ ਲਾਸਟ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਡਿਊਰਾਸੈਕ ਐਡਵਾਂਸ ਜੀ। ਡਿਊਰਾਸੈਕ ਐਡਵਾਂਸ ਜੋ ਹੈਗਾ ਇੱਕ ਨਵੇਂ ਜ਼ਮਾਨੇ ਦਾ ਈਸਟ ਹੈਗਾ ਆ ਜੋ ਕਿ ਈਸਟ ਮੈਟਾਬੋਲਾਈਟਸ ਔਰ ਹੋਰ ਦੂਸਰੇ ਪਦਾਰਥਾਂ ਦਾ ਮਿਲ ਕੇ ਬਣਾਇਆ ਹੋਇਆ ਹੈਗਾ ਜਿਹੜੇ ਜਾਨਵਰਾਂ ਦਾ ਹਾਜ਼ਮਾ ਸਹੀ ਨਹੀਂ ਹੁੰਦਾ। ਅਸੀਂ ਲੋਕ ਪੁਰਾਣੇ ਇੱਕ ਪੁਰਾਣੀ ਰਵਾਇਤ ਬਣੀ ਹੋਈ ਆ ਜੀ ਚੂਰਨ ਜਾਂ ਮਸਾਲੇ ਦੇਣੇ ਚਾਹੁੰਦੇ ਜੀ ਦਿੰਦੇ ਹੈਗੇ ਜੀ। ਸਾਡਾ ਕਹਿਣਾ ਇਹ ਹੈਗਾ ਕਿ ਜੇ ਤੁਸੀਂ ਮਸਾਲੇ ਦਿਓਗੇ ਜਾਨਵਰ ਦੇ ਪੇਟ ਦੇ ਵਿੱਚ ਉਹਨਾਂ ਤੇਜ਼ਾਬ ਜ਼ਿਆਦਾ ਬਣੇਗਾ ਠੀਕ ਹੈ, ਉਹ ਜ਼ਿਆਦਾ ਨੁਕਸਾਨ ਹੈਗਾ ਆ ਜੀ ਠੀਕ ਹੈ ਜੀ। ਅਤੇ ਉਹਦੇ ਕਰਕੇ ਉਸ ਤੋਂ ਬੈਟਰ ਇਹ ਹੈਗਾ ਕਿ ਕਈ ਵਾਰ ਤੁਸੀਂ ਦੇਖੋਗੇ ਕਿ ਜਾਨਵਰ ਦੇ ਲੇਡੇ ਦੇ ਵਿੱਚ ਕੀ ਹੁੰਦਾ ਹੈਗਾ ਉਹਦੇ ਲਿੱਦ ਦੇ ਵਿੱਚ ਅਣਪਚ ਬਹੁਤ ਆਉਂਦੀ ਹੈਗੀ ਜੀ ਜਾਂ ਉਹਦੇ ਪੇਟ 'ਚ ਗੈਸ ਬਹੁਤ ਬਣਦੀ ਹੈ ਜੀ, ਤਾਂ ਉਹਦਾ ਸਭ ਤੋਂ ਬੈਸਟ ਇਲਾਜ ਹੈਗਾ ਡਿਊਰਾਸੈਕ। ਇਹਦਾ ਛੋਟਾ ਜਿਹਾ ਇਹਦਾ ਜਿਹੜਾ ਚਾਹ ਵਾਲਾ ਚਮਚਾ ਹੈਗਾ ਆ ਉਹ ਅੱਧਾ ਚਮਚਾ ਜਿਹੜਾ ਤੁਸੀਂ ਜਾਨਵਰ ਨੂੰ 2-3 ਦਿਨ ਤੁਸੀਂ ਦਿਓਗੇ ਨਾ ਜੀ ਤਾਂ ਜਿੰਨਾ ਅਣਪਚ ਉਹਦੇ ਜਾਨਵਰ ਦੇ ਉਹਦੇ ਲਿੱਦ ਦੇ ਵਿੱਚ ਆ ਰਿਹਾ ਹੈਗਾ ਉਹ ਸਾਰਾ ਬੰਦ ਹੋ ਜਾਣਾ ਠੀਕ ਹੈ ਜੀ, ਅਤੇ ਜਾਨਵਰ ਦਾ ਹਾਜ਼ਮਾ ਬਹੁਤ ਅੱਛਾ ਜਿਵੇਂ ਜਿਵੇਂ ਕਿਸੇ ਜਾਨਵਰ ਦੇ ਵਿੱਚ ਪੇਟ 'ਚ ਗੈਸ ਭਰ ਜਾਂਦੀ ਹੈ ਜੀ ਉਹਦਾ ਹੁਣ ਹੋਰ ਕੋਈ ਟ੍ਰੀਟਮੈਂਟ ਤੁਸੀਂ ਕੀ ਕਰੋਗੇ ਜੀ ਠੀਕ ਹੈ, ਜਿਹਨੂੰ ਅਫਰੇਮਾ ਕਹਿੰਦੇ ਨੇ ਜੀ ਹਾਂਜੀ ਅਫੇਰਾ ਜਿਹੜਾ ਹੁਣ ਹੁੰਦਾ ਹੈਗਾ ਹਾਂਜੀ ਉਹਦੇ ਵਿੱਚ ਵੀ ਇਹਦਾ ਬਹੁਤ ਸੋਹਣਾ ਰਿਜ਼ਲਟ ਹੈਗਾ ਜੀ। ਕਈ ਵਾਰ ਕੀ ਹੁੰਦਾ ਕਿ ਅਫੇਰੇ ਦੇ ਵਿੱਚ ਵੀ ਆਪਾਂ ਮਸਾਲੇ ਦੇ ਦਿੰਦੇ ਹੈਗੇ ਆ ਉਹਦੇ ਨਾਲ ਉਲਟਾ ਹੋਰ ਅਫੇਰਾ ਜ਼ਿਆਦਾ ਹੋ ਜਾਂਦਾ ਜੀ, ਇਹਨੇ ਅਫੇਰੇ ਦੀ ਜਿਹੜੀ ਗੈਸ ਹੈ ਨਾ ਜੀ ਇਹਨੂੰ ਬਾਹਰ ਕੱਢਣ ਦੇ ਵਿੱਚ ਬਹੁਤ ਮਦਦ ਕਰਦੀ ਜੀ। ਡਿਊਰਾਸੈਕ ਐਡਵਾਂਸ ਇਹਦਾ ਨਾਮ ਹੈ ਠੀਕ ਹੈ ਜੀ ਠੀਕ ਹੈ ਜੀ। ਤਾਂ ਇਹ ਸਾਡੇ ਮੇਨ ਪ੍ਰੋਡਕਟ ਹੈਗੇ ਨੇ ਪ੍ਰਾਈਮ ਐਗਰੋਵਿਟ ਐਨੀਮਲ ਹੈਲਥ ਫਾਰ ਨਿਊਟ੍ਰੀਸ਼ਨ ਜੀ, ਮੈਂ ਸਾਰਾ ਕੁਝ ਇਹਦੇ ਬਾਰੇ ਦੱਸ ਚੁੱਕਿਆ ਹੈਗਾ ਠੀਕ ਹੈ ਜੀ। ਅਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ। ਸਾਡਾ ਕੰਟੈਕਟ ਨੰਬਰ ਹੈਗਾ ਜੀ 94-172 ਜੀ 00-359 ਠੀਕ ਹੈ ਜੀ ਠੀਕ ਹੈ ਜੀ। ਅਤੇ ਲੁਧਿਆਣੇ ਤੋਂ ਅਸੀਂ ਆਉਂਦੇ ਹੈਗੇ ਹਾਂ ਜੀ, ਕੋਈ ਵੀ ਅਗਰ ਸਟੱਡ ਫਾਰਮ ਨੂੰ ਜਾਂ ਕਿਸੇ ਵੀ ਘੋੜੇ ਵਾਲੇ ਰੱਖਣ ਵਾਲੇ ਜਿਹੜੇ ਹੈਗੇ ਆ ਜੀ ਤੁਹਾਨੂੰ ਕੋਈ ਪ੍ਰੋਡਕਟ ਚਾਹੀਦਾ ਹੁੰਦਾ ਹੈਗਾ ਸਾਨੂੰ ਇਸ ਨੰਬਰ 'ਤੇ ਕੰਟੈਕਟ ਕਰ ਸਕਦਾ ਹੈਗਾ ਠੀਕ ਹੈ ਜੀ। ਅਸੀਂ ਬਾਈ ਪੋਸਟ ਅਸੀਂ ਉਦੋਂ ਭੇਜਦੇ ਹਾਂ, ਇੱਥੇ ਵੀ ਅਸੀਂ ਹਰ ਪੂਰੇ ਪੰਜਾਬ ਕੀ ਅਸੀਂ ਪੂਰੇ ਆਲ ਓਵਰ ਇੰਡੀਆ ਬਾਈ ਪੋਸਟ ਅਸੀਂ ਸਪਲਾਈ ਕਰਦੇ ਹਾਂ ਜੀ। ਅਤੇ ਜਿਹੜੇ ਪੰਜਾਬ ਦੇ ਵਿੱਚ ਸਟੱਡ ਫਾਰਮ ਬਣੇ ਹੋਏ ਆ ਜੀ ਉੱਥੇ ਤੁਸੀਂ ਵਿਜ਼ਿਟ ਕਰਦੇ ਹੋ ਜੀ? ਬਿਲਕੁਲ ਕਰਦੇ ਹਾਂ ਜੀ, ਜ਼ਿਆਦਾਤਰ ਤਾਂ ਸਾਡੇ ਕੋਲ ਸਟੱਡ ਫਾਰਮ ਦੀ ਵਿਜ਼ਿਟ ਜਿਹੜੀ ਹੈਗੀ ਆ ਅਸੀਂ ਖੁਦ ਵੀ ਜਾਂਦੇ ਹੈਗੇ ਹਾਂ ਜੀ, ਔਰ ਬਾਕੀ ਮੇਲਿਆਂ ਦੇ ਵਿੱਚ ਤਾਂ ਮਿਲਦੇ ਹੀ ਨੇ ਜੀ। ਜਿਵੇਂ ਹੁਣ ਪਿੰਡਾਂ ਦੇ ਵਿੱਚ ਸਟੱਡ ਫਾਰਮ ਬਣ ਰਹੇ ਨੇ ਜੀ, ਹੁਣ ਬਹੁਤ ਪ੍ਰੋਗਰੈਸ ਹੋ ਗਈ ਜੀ ਇਹ ਚੀਜ਼ਾਂ ਦੀ, ਬਹੁਤ ਲੋਕਾਂ ਨੂੰ ਇਸ ਚੀਜ਼ ਬਾਰੇ ਰੁਝਾਨ ਬਹੁਤ ਵੱਧ ਗਿਆ ਜੀ। ਬਿਲਕੁਲ ਵੱਧ ਗਿਆ ਹੈਗਾ ਹਾਂਜੀ, ਅਸੀਂ ਜਿੱਥੋਂ ਤੱਕ ਕੋਸ਼ਿਸ਼ ਹੋ ਸਕਦੀ ਹੈ ਅਸੀਂ ਜ਼ਰੂਰ ਜਾਂਦੇ ਹਾਂ ਠੀਕ ਹੈ ਜੀ, ਜਿਹੜਾ ਇੰਟਰਸਟ ਲੈਂਦਾ ਹੈਗਾ ਠੀਕ ਹੈ ਜੀ ਅਸੀਂ ਜ਼ਰੂਰ ਜਾਈਦਾ ਠੀਕ ਹੈ ਜੀ। ਜੇ ਕੋਈ ਕੰਟੈਕਟ ਕਰੇ ਜੀ ਤੁਹਾਨੂੰ ਤੁਹਾਨੂੰ ਫੋਨ ਕਰਕੇ ਕਹੇ ਵੀ ਤੁਸੀਂ ਆਪ ਵਿਜ਼ਿਟ ਕਰੋ ਤਾਂ ਕਰੋਗੇ? ਬਿਲਕੁਲ ਕਰਾਂਗੇ ਜੀ, ਠੀਕ ਹੈ ਜੀ ਕਰਾਂਗੇ ਠੀਕ ਹੈ ਜੀ। ਚਾਹੇ ਕਿਤੇ ਵੀ ਹੋਵੇ ਪੰਜਾਬ ਦੇ ਵਿੱਚ ਅਸੀਂ ਜਾਂਦੇ ਹਾਂ, ਵੈਸੇ ਵੀ ਬਠਿੰਡਾ ਵਗੈਰਾ ਜਾਂਦੇ ਹਾਂ, ਮੁਕਤਸਰ ਵੀ ਜਾਂਦੇ ਹਾਂ ਜੀ, ਮੋਗਾ ਵੀ ਜਾਂਦੇ ਹਾਂ, ਲੁਧਿਆਣੇ ਦੇ ਵਿੱਚ ਵੀ ਅਸੀਂ ਜਾਂਦੇ ਹਾਂ, ਯਾਨੀ ਕਿ ਮਾਲਵਾ ਏਰੀਆ ਦੇ ਵਿੱਚ ਤਾਂ ਸਾਡੀ ਵਿਜ਼ਿਟ ਪੂਰੀ ਫ੍ਰੀਕੁਐਂਟ ਹੈਗੀ ਆ ਜੀ, ਬਟ ਲੇਕਿਨ ਜੇ ਅਗਰ ਜੇ ਮੰਨ ਲਓ ਕੋਈ ਦੁਆਬੇ ਤੋਂ ਜਾਂ ਮਾਝੇ ਤੋਂ ਸਾਨੂੰ ਕੋਈ ਪਿਆਰ ਨਾਲ ਬੁਲਾਉਂਦਾ ਹੈਗਾ ਤਾਂ ਅਸੀਂ ਜ਼ਰੂਰ ਜਾਵਾਂਗੇ ਜੀ। ਤਾਂ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਜਾਣਕਾਰੀ ਦੇਣ ਲਈ। ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਟਾਲ 'ਤੇ ਆਏ ਜੀ, ਅਤੇ ਸਾਨੂੰ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਸਾਰੀ ਜਾਣਕਾਰੀ ਦਿੱਤੀ ਘੋੜਾ ਪਾਲਕਾਂ ਨੂੰ, ਅਤੇ ਉਮੀਦ ਹੈ ਵੀ ਘੋੜਾ ਪਾਲਕ ਇਸ ਜਾਣਕਾਰੀ ਨੂੰ ਅਪਣਾਉਣਗੇ ਅਤੇ ਫਾਇਦੇ ਲੈਣਗੇ। ਲਓ ਜੀ ਵੀਡੀਓ ਦੇਖਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਬਹੁਤ ਜ਼ਿਆਦਾ ਨੌਲੇਜ ਵਾਲੇ ਬਹੁਤ ਚੰਗੇ ਪ੍ਰੋਡਕਟ ਆ ਗਏ।